ਐਂਬੂਲੈਂਸ 'ਚ ਆਕਸੀਜਨ ਖਤਮ ਹੋਣ ਨਾਲ ਸ਼ਖਸ ਦੀ ਹੋਈ ਮੌਤ। ਹਸਪਤਾਲ 'ਚ ਵੇਖੋ ਕਿਵੇਂ ਮ੍ਰਿਤਕ ਦੇ ਪਰਿਵਾਰਾਂ ਨੇ ਕੀਤਾ ਹੰਗਾਮਾ। ਤਾਂ ਦੱਸ ਦੇ ਕਿ ਐਂਬੂਲੈਂਸ ਦੇ ਵਿੱਚ ਜਾ ਰਹੇ ਇੱਕ ਸ਼ਖਸ ਦੀ ਸਿਲੰਡਰ 'ਚ ਆਕਸੀਜਨ ਖਤਮ ਹੋਣ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਐਂਬੂਲੈਂਸ ਵਾਲਿਆਂ 'ਤੇ ਲਾਪਰਵਾਹੀ ਕਰਨ ਦੇ ਇਲਜ਼ਾਮ ਲਗਾਏ ਅਤੇ ਹਸਪਤਾਲ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਤਾਂ ਦੱਸ ਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਬੇਹੋਸ਼ੀ ਦੇ ਹਾਲਤ ਦੇ ਵਿੱਚ ਇੱਕ ਮਜ਼ਦੂਰ ਨੂੰ ਗੰਭੀਰ ਸਥਿਤੀ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਹਾਲਤ ਉਸਦੀ ਨਾਜ਼ੁਕ ਬਣੀ ਹੋਈ ਸੀ ਅਤੇ ਕੋਈ ਵੀ ਸੁਧਾਰ ਨਾ ਹੋਣ ਕਰਕੇ ਉਸ ਨੂੰ ਡਾਕਟਰਾਂ ਦੇ ਵੱਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਲਈ ਰੈਫਰ ਕਰ ਦਿੱਤਾ ਸੀ। ਤਾਂ ਜਿਵੇਂ ਹੀ ਇਸ ਮਰੀਜ਼ ਨੂੰ 108 ਐਂਬੂਲੈਂਸ ਦੇ ਵਿੱਚ ਬਿਠਾਇਆ ਗਿਆ ਤਾਂ ਉਸਦੇ ਆਕਸੀਜਨ ਵਾਲਾ ਮਾਸਕ ਲਗਾ ਦਿੱਤਾ ਗਿਆ। ਤਾਂ ਥੋੜ੍ਹੀ ਦੂਰੀ ਗਈ ਸੀ ਕਿ ਪਤਾ ਲੱਗਿਆ ਕਿ ਸਿਲੰਡਰ ਦੇ ਵਿੱਚ ਤਾਂ ਆਕਸੀਜਨ ਹੀ ਨਹੀਂ ਹੈ, ਜਿਸ ਤੋਂ ਬਾਅਦ ਇਸ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਤਾਂ ਮੌਕੇ 'ਤੇ ਉਸਦੇ ਪਰਿਵਾਰ ਵਾਲਿਆਂ ਦੇ ਵੱਲੋਂ ਐਂਬੂਲੈਂਸ ਦੇ ਡਰਾਈਵਰ 'ਤੇ ਵੀ ਇਲਜ਼ਾਮ ਲਗਾਏ ਗਏ ਅਤੇ ਐਂਬੂਲੈਂਸ ਦੇ ਚਾਲਕ ਨੇ ਵੀ ਮੰਨਿਆ ਕਿ ਸਿਲੰਡਰ ਦੇ ਵਿੱਚ ਆਕਸੀਜਨ ਮੁੱਕਣ ਦੇ ਕਾਰਨ ਇਸ ਸ਼ਖਸ ਦੀ ਮੌਤ ਹੋਈ ਹੈ। ਤਾਂ ਸਿਵਲ ਹਸਪਤਾਲ ਦੇ ਪ੍ਰਬੰਧਨਾਂ ਵੱਲੋਂ SMO ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਸੰਬੰਧੀ ਇੱਕ ਕਮੇਟੀ ਬਣਾਈ ਗਈ ਹੈ, ਤਾਂ ਇਸ ਦੇ ਵਿੱਚ ਜਿਸ ਦੀ ਵੀ ਕੋਈ ਗਲਤੀ ਪਾਈ ਜਾਵੇਗੀ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦਕਿ ਐਂਬੂਲੈਂਸ ਦੇ ਵਿੱਚ ਮੌਜੂਦ ਡਾਕਟਰ ਅਤੇ ਡਰਾਈਵਰ ਅਤੇ ਉਹਨਾਂ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਤਾਂ ਐਂਬੂਲੈਂਸ ਦੇ ਵਿੱਚ ਇਸ ਮਰੀਜ਼ ਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਸੀ, ਤਾਂ ਜਿਵੇਂ ਹੀ ਉਸਦੇ ਆਕਸੀਜਨ ਮਾਸਕ ਲਗਾਇਆ ਗਿਆ ਤਾਂ ਸਿਲੰਡਰਾਂ ਦੇ ਵਿੱਚ ਆਕਸੀਜਨ ਮੁੱਕਣ ਕਾਰਨ ਉਸ ਸ਼ਖਸ ਦੀ ਮੌਤ ਹੋ ਗਈ। ਜ਼ਮੀਨ ਜਿਹੜੀ ਹੈਗੀ ਆ ਠੀਕੇ ਦੇ ਨਾਲ ਵਾਹੁਣਾ ਲੱਖਾਂ ਕਲਾਂ, ਠੀਕ ਆ ਜੀ। ਉੱਥੇ ਮੇਰੇ ਕੋਲ ਇਹ ਬਿਹਾਰ ਤੋਂ ਆਏ ਸੀਗੇ, ਲੇਬਰ ਆਏ ਸੀ ਕੰਮ। ਕਿੰਨੀ ਦੇਰ ਤੋਂ ਕੰਮ ਕਰਦਾ ਸੀਗਾ, ਕੀ ਨਾਮ ਸੀ ਉਹਦਾ? ਇਹ ਮਨੋਜ ਨਾਮ ਹੈ ਇਹਦਾ, ਮਨੋਜ। ਕਿੰਨੀ ਦੇਰ ਤੋਂ ਕੰਮ ਕਰਦੇ ਤੁਹਾਡੇ? 10 ਕੁ ਦਿਨ ਤੋਂ ਮੇਰੇ ਤੋਂ ਕੰਮ ਕਰਦਾ ਸੀਗਾ। ਅਤੇ ਅੱਜ ਇਹਨੂੰ ਕੀ ਪ੍ਰੋਬਲਮ ਸੀਗੀ ਅਤੇ ਤੁਸੀਂ ਇਹਨੂੰ ਜੇਰੇ ਇਲਾਜ ਲਈ ਸਿਵਲ ਹੋਸਪਿਟਲ ਕਪੂਰਥਲਾ ਲੈ ਕੇ? 2 ਵਜੇ ਮੈਨੂੰ ਫੋਨ ਆਇਆ ਇਹਦੇ ਠੇਕੇਦਾਰ ਦਾ ਵੀ ਜਿਹੜਾ ਆਪਣਾ ਇੱਕ ਹੈਗਾ ਮਤਲਬ ਠੀਕ ਨਹੀਂ ਹੈਗਾ, ਅਤੇ ਉਹਨੂੰ ਸਰਕਾਰੀ ਹੋਸਪਿਟਲ ਇੱਥੇ ਐਡਮਿਟ ਕਰਵਾਇਆ ਸੀਗਾ, ਉਹਨੂੰ ਸਾਹ ਦੀ ਪ੍ਰੋਬਲਮ ਸੀ, ਉਹਨੂੰ ਲੈ ਕੇ ਆਏ ਅਤੇ ਐਮਰਜੈਂਸੀ 'ਚ ਐਡਮਿਟ ਕਰਵਾਤਾ ਸੀਗਾ। ਉਸ ਤੋਂ ਬਾਅਦ ਡਾਕਟਰ ਸਾਹਿਬ ਕਹਿੰਦੇ ਵੀ ਆਪਣਾ ਸੀਰੀਅਸ ਜ਼ਿਆਦਾ ਹੈਗੇ ਆ, ਇਹਨਾਂ ਨੂੰ ਰੈਫਰ ਕਰਨਾ ਪੈਣਾ ਅੰਮ੍ਰਿਤਸਰ। 108 'ਤੇ ਫਿਰ ਮੈਂ ਕਾਲ ਕੀਤੀ, ਐਂਬੂਲੈਂਸ ਮੰਗਵਾਈ ਸੀ। ਉਸ ਤੋਂ ਬਾਅਦ ਐਂਬੂਲੈਂਸ ਮੰਗਵਾਈ ਅਤੇ ਜਦੋਂ ਉਹਨੂੰ ਰੈਫਰ ਕਰਨ ਲੱਗੇ ਅਤੇ ਐਂਬੂਲੈਂਸ ਦੇ ਵਿੱਚ ਸ਼ਿਫਟਿੰਗ ਕੀਤਾ ਉਹਨੂੰ, ਅਤੇ ਉਹਨਾਂ ਦੇ ਮਤਲਬ ਕਿ ਪੇਸ਼ੈਂਟ ਨੂੰ ਤੁਹਾਡੇ ਨੂੰ ਸਾਹ ਦੀ ਪ੍ਰੋਬਲਮ ਹੋਈ ਸੀ ਅਤੇ ਡਾਕਟਰ ਨੇ ਰੈਫਰ ਕਰਤਾ? ਜੀ ਜੀ, ਠੀਕ ਆ, ਹਾਂਜੀ। ਅਤੇ ਰੈਫਰ ਕਰਤਾ ਅਤੇ ਐਂਬੂਲੈਂਸ ਦੇ ਵਿੱਚ ਕੀ ਗੱਲ ਹੋਈ ਜਾ ਕੇ ਫਿਰ? ਐਂਬੂਲੈਂਸ ਦੇ ਵਿੱਚ ਆਕਸੀਜਨ ਨਹੀਂ ਸੀ ਸਰ। ਅੱਛਾ, ਮਤਲਬ ਐਂਬੂਲੈਂਸ ਦੇ ਵਿੱਚ ਆਕਸੀਜਨ ਖਤਮ ਹੋਣ ਕਰਕੇ ਉਹਦੀ ਜਿਹੜੀ ਡੈਥ ਹੋ ਗਈ? ਉਹਨੇ ਡੈਥ ਹੋ ਗਈ। ਅਤੇ ਇਹਦੇ ਵਿੱਚ ਤੁਸੀਂ ਕਿਹਦੀ ਜ਼ਿੰਮੇਵਾਰੀ ਮੰਨਦੇ ਹੋ? ਆਪਾਂ ਐਂਬੂਲੈਂਸ ਵਾਲੇ ਦੀ ਮੰਨਦੇ ਹਾਂ ਸਰ। ਅਤੇ ਇਸ ਸੰਬੰਧੀ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਦੇਣੀ ਹੈ, ਕੋਈ ਸੂਚਨਾ ਦੇਣੀ ਹੈ? ਹਾਂਜੀ। ਕਿਸ ਤਰ੍ਹਾਂ ਦੀ ਇਨਸਾਫ ਦੀ ਮੰਗ ਕਰਦੇ ਹੋ? ਜੋ ਇਨਸਾਫ ਹੈਗਾ ਉਹ ਮਜ਼ਦੂਰ ਨੂੰ ਮਿਲਣਾ ਚਾਹੀਦਾ ਸਰ। ਐਂਬੂਲੈਂਸ ਦਾ ਇਹ ਕਿ ਇਹਨਾਂ ਨੇ ਆਪਾਂ ਨੂੰ ਕੇਸ ਪਾਇਆ ਸੀ 108 'ਤੇ, ਆ ਗਿਆ ਆਪਾਂ ਮਰੀਜ਼ ਚੱਕਿਆ, ਮਰੀਜ਼ ਦੀ ਸੈਚੂਰੇਸ਼ਨ ਪਹਿਲਾਂ ਘੱਟ ਸੀ ਅਤੇ ਉਹ ਤੋਂ ਬਾਅਦ ਆਪਾਂ ਮਰੀਜ਼ ਬਾਹਰ ਲਿਆ ਗਏ, ਉੱਥੇ ਜਦੋਂ ਗੱਡੀ ਦੇ ਵਿੱਚ ਚੜ੍ਹ ਲੱਗੇ ਸਟੈਚਰ 'ਤੇ, ਉਹਦੇ ਵਿੱਚੋਂ ਉਹਨੇ ਉੱਠ ਕੇ ਪਹਿਲਾਂ ਬਹਿ ਕੇ 2 ਸਾਹ ਲਏ, ਉਸ ਤੋਂ ਬਾਅਦ ਉਹਨੂੰ ਗੱਡੀ ਦੇ ਵਿੱਚ ਵਾੜਿਆ ਅਤੇ ਗੱਡੀ ਦੇ ਵਿੱਚ ਵਾੜਨ ਤੋਂ ਬਾਅਦ ਆਕਸੀਜਨ ਲਾਈ, ਆਕਸੀਜਨ ਪਹਿਲਾਂ ਚੱਲੀ ਆ 5 'ਤੇ, ਉਸ ਤੋਂ ਬਾਅਦ ਜਦੋਂ ਸਿਲੰਡਰ ਛੱਡਿਆ ਉਦੋਂ ਅੱਪ ਹੋ ਗਈ, ਉਸ ਤੋਂ ਬਾਅਦ ਡਾਊਨ ਹੋ ਗਈ, ਉਸ ਤੋਂ ਬਾਅਦ ਉਹਨੇ ਸਾਹ ਨਹੀਂ ਲਿਆ ਉਹਨੂੰ, ਇਸ ਕਰਕੇ ਉਹਦੇ ਵਿੱਚੋਂ ਕੱਢ ਕੇ ਇੱਥੇ ਲੈਂਦਾ ਕਿ ਆਕਸੀਜਨ ਹੀ ਚੱਲੀ, ਉਸ ਤੋਂ ਬਾਅਦ ਅੰਦਰ ਲਿਆਂਦਾ ਵਾ ਅਤੇ ਉਹਦੀ ECG ਕਰਾਈ ਆ ਅਤੇ ਪੇਸ਼ੈਂਟ ਡੈੱਡ। ਨਹੀਂ, ਤੁਹਾਡੇ 'ਤੇ ਐਲੀਗੇਸ਼ਨ ਇਹ ਹੈਗੇ ਕਿ ਤੁਹਾਡੀ ਆਪਣਾ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਪੂਰੀ ਨਹੀਂ ਸੀਗੀ? ਹਾਂਜੀ। ਅਤੇ ਤੁਹਾਡੀ ਐਂਬੂਲੈਂਸ ਵਿੱਚ ਆਕਸੀਜਨ ਨਹੀਂ ਸੀਗੀ ਪੂਰੀ? ਸਰ ਇਹ ਮੈਨੂੰ ਇਸ ਗੱਲ ਦਾ ਨਹੀਂ ਪਤਾ, ਮੈਂ ਡਰਾਈਵਰ ਹਾਂ। ਨਹੀਂ, ਤੁਸੀਂ ENT ਹੈ ਜੀ? ਅਤੇ ਤੁਸੀਂ ਆਪਣੀ ਐਂਬੂਲੈਂਸ ਦੇ ਵਿੱਚ ਆਕਸੀਜਨ ਚੈੱਕ ਨਹੀਂ ਕਰਕੇ ਰੱਖਦੇ ਕਿ ਪੂਰੀ ਆ ਕਿ ਘੱਟ ਆ?
ਸਰ ਕੀਤੀ ਚੈੱਕ ਸਰ ਲੀਕੇਜ ਹੋ ਗਈ ਕੀ ਨਾਮ ਕੀ ਤੁਹਾਡਾ ਸੌਰਵ ਜੀ ਸਰ ਹਾਂਜੀ ਹਾਂਜੀ ਤੇ ਤੁਸੀਂ ਚੈੱਕ ਕੀਤੀ ਸੀ ਐਂਬੂਲੈਂਸ ਦੇ ਵਿੱਚ ਆਕਸੀਜਨ ਸੀਗੀ ਹਾਂਜੀ ਸਰ ਨਹੀਂ ਹੁਣ ਆਕਸੀਜਨ ਹੈਗੀ ਆ ਉਹਨਾਂ ਦਾ ਐਲੀਗੇਸ਼ਨ ਆ ਕਿ ਤੁਹਾਡੀ ਐਂਬੂਲੈਂਸ ਦੇ ਵਿੱਚ ਆਕਸੀਜਨ ਨਹੀਂ ਪੂਰੀ ਹੈਗੀ ਇੱਥੇ ਆ ਕੇ ਖਤਮ ਹੋ ਗਈ ਜਦੋਂ ਲਾਈ ਆਕਸੀਜਨ ਨਹੀਂ ਮਤਲਬ ਆਕਸੀਜਨ ਸੀਗੀ ਨਹੀਂ ਕਹਿਣ ਦਾ ਮਤਲਬ ਇਹ ਹੈ ਕਿ ਨਹੀਂ ਸੀਗੀ ਹਾਂਜੀ ਉੱਥੇ ਨਹੀਂ ਸੀ ਤੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਆ ਵੀ ਇੰਨੇ ਪੇਸ਼ੈਂਟ ਜੋ ਕੋਈ ਐਮਰਜੈਂਸੀ ਕੋਈ ਪੇਸ਼ੈਂਟ ਆਏ ਹੋਏ ਤੇ ਜਿਹਨੂੰ ਆਕਸੀਜਨ ਦੀ ਲੋੜ ਹੋਵੇ ਤੁਹਾਡੀ ਆਕਸੀਜਨ ਦੇ ਵਿੱਚ ਐਂਬੂਲੈਂਸ ਵਿੱਚ ਆਕਸੀਜਨ ਨਾ ਹੋਵੇ ਤੇ ਫਿਰ ਕੋਈ ਦੁਰਘਟਨਾ ਹੋਵੇ ਜਿੱਦਾਂ ਅੱਜ ਹੋਈ ਆ ਕਿਸ ਤਰੀਕੇ ਨਾਲ ਦੇਖਦੇ ਤੁਸੀਂ ਇਸ ਚੀਜ਼ ਨੂੰ ਲੋਕਾਂ ਦੀ ਜਾਨ ਮਾਲ ਦਾ ਜਿੰਮਾ ਕਿਹਦਾ ਵਾ ਕੌਣ ਜਾਣਕਾਰੀ ਦਊਗਾ ਕੀ ਤੁਹਾਨੂੰ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕਿ ਤੁਸੀਂ ਐਂਬੂਲੈਂਸ ਦੇ ਵਿੱਚ ਆਪਣੀਆਂ ਜ਼ਰੂਰਤਮੰਦ ਚੀਜ਼ਾਂ ਪੇਸ਼ੈਂਟ ਦੀਆਂ ਪੂਰੀਆਂ ਰੱਖੋ ਬੋਲੋ ਕੁਛ ਜ਼ਿੰਮੇਵਾਰੀ ਹੁੰਦੀ ਹੈ ਕਿ ਐਂਬੂਲੈਂਸ ਵਿੱਚ ਆਕਸੀਜਨ ਦੇਖਣੀ ਹੈ ਕਿ ਪੂਰੀ ਹੈ ਕਿ ਨਹੀਂ ਤੇ ਉਹਨਾਂ ਨੇ ਦੇਖੀ ਦੇਖੀ ਹੈ ਕੌਣ ਸੀ ਡਿਊਟੀ ਡਾਕਟਰ ਕੀ ਨਾਮ ਉਹਨਾਂ ਦਾ ਨਾਮ ਨਹੀਂ ਸਰ ਪਤਾ ਡਾਕਟਰ ਸਾਹਿਬ ਦਾ ਨਾਮ ਨਹੀਂ ਪਤਾ ਕਿੰਨੇ ਵਜੇ ਦੀ ਘਟਨਾ ਹੈ ਝੋਨਾ ਲਾਉਣ ਵਾਸਤੇ ਬਿਹਾਰ ਤੋਂ ਉਹ ਤਾਂ ਨਾ ਸਾਨੂੰ 2 ਵਜੇ ਫੋਨ ਆਇਆ ਕਿ ਉਹ ਠੀਕ ਨਹੀਂ ਹੈਗਾ ਤੇ ਉਹਨੂੰ ਅਸੀਂ ਲਿਆ ਕੇ ਇੱਥੇ ਐਡਮਿਟ ਕਰਵਾਇਆ ਜਿਹੜੀ ਮਤਲਬ ਕਿ ਮੈਡਮ ਬੈਠੇ ਸੀ ਚਲੋ ਉਹਨਾਂ ਨੇ ਪਹਿਲਾਂ ਤਾਂ ਟ੍ਰੀਟਮੈਂਟ ਮਾੜਾ ਜਿਹਾ ਕੀਤਾ ਉਹਨਾਂ ਦਾ ਠੀਕ ਆ ਉਹਦੇ ਬਾਅਦ ਜਿਹੜੀ ਐਂਬੂਲੈਂਸ ਮੰਗਾਈ ਸੀਗੀ ਉਹਦੇ ਵਿੱਚ ਕੋਈ ਆਕਸੀਜਨ ਨਹੀਂ ਸੀ ਕਹਿੰਦੇ ਇੱਥੋਂ ਰੈਫਰ ਕਰ ਦਿੱਤਾ ਕਹਿੰਦੇ ਅੰਮ੍ਰਿਤਸਰ ਲੈ ਕੇ ਜਾਣਾ ਚਲੋ ਅਤੇ ਉਹਦੇ ਵਿੱਚ ਆਕਸੀਜਨ ਨਹੀਂ ਸੀ ਉਹਨੂੰ ਸਾਹ ਦੀ ਪ੍ਰੋਬਲਮ ਸੀ ਆਕਸੀਜਨ ਤੋਂ ਬਗੈਰ ਹੀ ਲਾ ਕੇ ਉਹਨੂੰ ਚਲੋ ਜੀ ਲੈ ਗਏ ਜਦੋਂ ਉੱਥੇ ਲਾਇਆ ਕੋਈ ਆਕਸੀਜਨ ਕਰਕੇ ਉਹਨੂੰ ਪ੍ਰੋਬਲਮ ਹੋ ਗਈ ਖਤਮ ਹੋ ਗਿਆ ਠੀਕ ਹੈ ਲਿਆ ਕੇ ਅੰਦਰ ਰੱਖ ਦਿੱਤਾ ਅਸੀਂ ਪੁੱਛਿਆ ਅਤੇ ਇਹਨਾਂ ਨੇ ਕਦੀ ਫੋਨ ਲੈ ਕੇ ਕਿਸੇ ਬੰਨੇ ਜਾ ਕੇ ਗੱਲ ਕਰਨ ਦਾ ਪਿਆ ਕਦੀ ਕਿਸੇ ਬੰਨੇ ਚਲੋ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ ਮੈਂ ਮੈਡਮ ਨੂੰ ਕਿਹਾ ਕਿ ਤੁਹਾਡੇ ਕੋਸ਼ਿਸ਼ ਕਰੋ ਕੁਛ ਆਏ ਦਾ ਹੈ ਨਾ ਕਿ ਬਾਜੇ ਤੁਸੀਂ ਉਹਨੂੰ ਦੇਖੋ ਕਹਿੰਦੇ ਨਹੀਂ ਜੀ ਕੋਈ ਉੱਠਿਆ ਹੀ ਨਹੀਂ ਕਿਸੇ ਡਾਕਟਰ ਨੇ ਉਹਨੂੰ ਹੱਥ ਹੀ ਨਹੀਂ ਗਾਉਂਕੇ ਪਾਇਆ ਚਲੋ ਅਸੀਂ ਸ਼ਾਮ ਵੇਲੇ ਜੀ ਇੱਥੇ ਐਮਰਜੈਂਸੀ 'ਚ ਇੱਕ ਪ੍ਰਵਾਸੀ ਮਜ਼ਦੂਰ ਆਇਆ ਸੀਗਾ ਔਰ ਉਹਦੇ ਜਿਹੜੇ ਜਿਹਨਾਂ ਦੇ ਓਨਰ ਸੀ ਜਿਹਨਾਂ ਦੇ ਉੱਥੇ ਕੰਮ ਕਰਦਾ ਸੀ ਉਹਨਾਂ ਵੱਲੋਂ ਲਿਆਇਆ ਗਿਆ ਔਰ ਉਹ ਬੇਸਿਕਲੀ ਇੱਕ ਗੈਸਪਿੰਗ ਸਟੇਜ 'ਚ ਆਇਆ ਸੀ ਬੜੇ ਉਹਦੇ ਸਾਹ ਉਖੜੇ ਹੋਏ ਸੀ ਔਰ ਉਹਦੀ ਆਕਸੀਜਨ ਸੈਚੁਰੇਸ਼ਨ ਅਪਰੋਕਸੀਮੇਟਲੀ 25-28 ਦੇ ਕਰੀਬ ਸੀ ਔਰ ਡਾਕਟਰ ਸਾਹਿਬ ਨੇ ਜਿਹੜਾ ਟੀਕੇ ਲਗਾ ਕੇ ਫਸਟ ਏਡ ਦੇ ਕੇ ਉਹਨੂੰ ਮੈਨੇਜ ਕੀਤਾ ਥੋੜ੍ਹੀ ਦੇਰ ਵਾਸਤੇ ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਰਿਲੇਟਿਵ ਸੀਗੇ ਉਹਨਾਂ ਨੂੰ ਇਹ ਕਿਹਾ ਕਿ ਇਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈਗੀ ਹੈ ਔਰ ਇਹਨੂੰ ICU ਫੈਸਿਲਿਟੀ ਦੀ ਲੋੜ ਹੈ ਔਰ ਇਹਦੀ ਕੰਡੀਸ਼ਨ ਕ੍ਰਿਟੀਕਲ ਹੋਣ ਕਰਕੇ ਇਹਨੂੰ ਰੈਫਰ ਕਰਨਾ ਪਏਗਾ ਔਰ ਜਦੋਂ ਉਹਨਾਂ ਨੂੰ ਰੈਫਰ ਕਰਨ ਵਾਸਤੇ ਐਂਬੂਲੈਂਸ ਸ਼ਿਫਟ ਕੀਤਾ ਗਿਆ ਔਰ ਐਂਬੂਲੈਂਸ ਸ਼ਿਫਟ ਕਰਨ ਤੋਂ ਬਾਅਦ ਉਹ ਥੋੜ੍ਹੀ ਦੇਰ ਬਾਅਦ ਉਹਨਾਂ ਦੀ ਉਸ ਵਿੱਚ ਡੈਥ ਹੋ ਗਈ ਔਰ ਜਿਹੜੀ ਆਕਸੀਜਨ ਵਾਲੀ ਗੱਲ ਹੈਗੀ ਹੈ ਉਹ ਐਜ਼ ਪਰ ਜਿਹੜੀ ਸਟੇਟਮੈਂਟ ਉੱਥੇ ਦਿੱਤੀ ਜਾ ਰਹੀ ਹੈ ਕਿ ਹਾਂ ਆਕਸੀਜਨ ਨਹੀਂ ਸੀ ਇਹ ਬਿਲਕੁਲ ਇੱਕ ਜਿਹੜੀ ਨਾ ਨਾ ਮੰਨਣ ਵਾਲੀ ਗੱਲ ਹੈ ਕਾਰਨ ਇਹ ਹੈ ਕਿ ਪੇਸ਼ੈਂਟ ਉਸ ਵੇਲੇ ਰਿਲੇਟਿਵਸ ਨਾਲ ਗੱਲ ਕਰ ਰਿਹਾ ਸੀਗਾ ਉਹਨੇ ਪਾਣੀ ਨਹੀਂ ਪੀਤਾ ਜਿਹੜੇ ਐਂਬੂਲੈਂਸ ਦੇ ਜਿਹੜੇ ਡਰਾਈਵਰ ਆ ਜਿਹੜੇ ਨਾਲ ਉਹਦੇ ਹੁੰਦੇ ਆ
ਉਹਨਾਂ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਆਪਣਾ ਐਂਬੂਲੈਂਸ ਦੇ ਵਿੱਚ ਜਿਹੜੀ ਆਕਸੀਜਨ ਦੇ ਸਿਲੰਡਰ ਵਾਕਈ ਖਤਮ। ਮੇਰੇ ਕੋਲ ਐਸੀ ਕੋਈ ਨੌਲੇਜ ਨਹੀਂ ਹੈਗੀ ਜੀ ਕਿ ਜਿਹਦੇ ਵਿੱਚ ਇਹੋ ਜਿਹੀ ਗੱਲ ਕੀਤੀ ਹੋਵੇ ਕਿ ਆਕਸੀਜਨ ਦਾ ਸਿਲੰਡਰ ਸਾਹਮਣੇ ਸਿਰਫ 10 ਫੀਟ ਤੇ ਪਿਆ ਹੋਇਆ। ਅਗਰ ਆਪਾਂ ਇਹ ਗੱਲ ਵੀ ਸੋਚ ਲੈਂਦੇ ਹਾਂ ਕਿ ਇੱਦਾਂ ਦੀ ਗੱਲ ਸੀ, ਆਕਸੀਜਨ ਦਾ ਸਿਲੰਡਰ ਸਿਰਫ ਸਾਹਮਣੇ ਪਿਆ ਹੈ, ਨਹੀਂ ਸਾਹਮਣੇ ਬਿਲਕੁਲ ਭਰਿਆ ਹੋਇਆ ਸੀ ਵਿੱਚ। ਉਸ ਹਿਸਾਬ ਨਾਲ ਆਪਾਂ ਗੱਲ ਕਰੀਏ ਜਿਹਦੀ, ਹਾਂ ਤੁਸੀਂ ਵਿੱਚ ਉਸ ਹਿਸਾਬ ਨਾਲ ਗੱਲ ਕਰੋ, ਕਿਉਂਕਿ ਐਂਬੂਲੈਂਸ ਦੇ ਵਿੱਚ ਜਿਹੜੇ ਸਿਲੰਡਰਸ ਹੈਗੇ ਆ ਉਹ ਰਾਊਂਡ ਦੀ ਕਲੋਕ ਚੇਂਜ ਹੁੰਦੇ ਆ ਔਰ ਉਹਦੀ ਅਵੇਲੇਬਿਲਟੀ ਹਮੇਸ਼ਾ ਸਾਡੇ ਕੋਲ ਹੋਸਪਿਟਲ 'ਚ ਰਹਿੰਦੀ ਹੈ। ਤੁਸੀਂ ਇੱਥੇ ਸਾਹਮਣੇ ਦੇਖ ਵੀ ਸਕਦੇ ਹੋ, ਬਾਹਰ ਹੀ ਪਏ ਹੋਏ ਆਕਸੀਜਨ ਸਰ। 108 ਨੂੰ ਬੁਲਾਇਆ ਗਿਆ ਸੀ। ਇਹ ਪਤਾ ਨਹੀਂ ਕਿਉਂ ਐਸੀ ਗੱਲ ਕੀਤੀ ਜਾਂਦੀ ਹੈ। ਟੀਕਾ ਵੀ ਲੱਗ ਗਿਆ, ਪੇਸ਼ੈਂਟ ਦੇ ਰਿਲੇਟਿਵ ਨੂੰ ਕੌਂਸਲ ਵੀ ਹੋ ਗਿਆ, ਉਹਨਾਂ ਨੂੰ ਐਕਸਪਲੇਨ ਵੀ ਕਰਤਾ ਕਿ ਵੀ ਪੇਸ਼ੈਂਟ ਦੀ ਹਾਲਤ ਨਾਜ਼ੁਕ ਹੈਗੀ ਹੈ, ਫਿਰ ਵੀ ਅਸੀਂ ਅਗਰ ਕਹੀਏ ਕਿ ਹਾਂ ਡਾਕਟਰ ਨੇ ਨਹੀਂ ਦੇਖਿਆ ਤਾਂ ਮੇਰੀ ਸਮਝੋ ਬਾਹਰ ਹੈ ਜੀ, ਡਾਕਟਰ ਨੂੰ ਕੀ ਕਰਨਾ ਚਾਹੀਦਾ ਹੈਗਾ? ਫਿਰ ਹੁਣ ਤੁਸੀਂ ਜ਼ਿਆਦਾ ਜਾਣਕਾਰੀ ਦੇ ਸਕਦੇ। ਬਿਲਕੁਲ ਬਿਲਕੁਲ, ਇਹ ਸਾਰਿਆਂ ਦੀ ਸਟਾਫ ਦੀ ਔਰ ਜਿਹੜੇ ਉਹਨਾਂ ਦੇ ਹੈਗੇ ਆ EMT, ਉਹਨਾਂ ਦੀ ਸਾਰਿਆਂ ਦੀ ਡਿਊਟੀ ਹੈ ਜਦੋਂ ਵੀ ਇਹੋ ਜਿਹਾ ਪੇਸ਼ੈਂਟ ਸ਼ਿਫਟ ਕਰਨਾ ਹੈਗਾ ਉਹ ਸਾਰੀਆਂ ਦੇਖ ਕੇ ਆਪਣੀ ਟਰਾਲੀ ਦੇ ਨਾਲ ਉਹਨਾਂ ਦੇ ਸਟੇਚਰ ਦੇ ਵਿੱਚ ਹੀ ਆਕਸੀਜਨ ਦੀ ਪ੍ਰੋਵੀਜ਼ਨ ਹੈਗੀ ਹੈ ਔਰ ਉਹਦੇ ਨਾਲ ਹੀ ਕਰਨਾ ਚਾਹੀਦਾ। ਜਿਹੜੇ ਜੀ EMT ਹੈਗੇ ਔਰ ਡਰਾਈਵਰ ਹੈਗੇ 108 ਦੇ, ਇਹ ਉਹਨਾਂ ਦੀ ਪ੍ਰੋਟੋਕਾਲ ਹੈ ਕਿ ਉਹਨਾਂ ਨੇ ਆਪਣੀ ਗੱਡੀ ਨੂੰ ਓਕੇ ਰੱਖਣਾ, ਅਪ ਟੂ ਡੇਟ ਰੱਖਣਾ। ਸਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਐਂਬੂਲੈਂਸ ਜਿਹੜੀਆਂ ਸਰਕਾਰੀ ਸਿਵਲ ਹਸਪਤਾਲ ਦੀ ਉਹ ਕਾਫੀ ਜਿਹੜੀ ਹੈ ਪੁਰਾਣੀ ਹੋ ਚੁੱਕੀ ਹੈ, ਇਹਨੂੰ ਜਿਹੜਾ ਵਾ ਬਦਲ ਦੇਣਾ ਚਾਹੀਦਾ? ਮੇਰੀ ਇੱਕ ਐਂਬੂਲੈਂਸ ਪੁਰਾਣੀ ਹੈ ਬਟ ਮੇਰੀਆਂ 4 ਐਂਬੂਲੈਂਸਿਸ ਹੋਰ ਬਿਲਕੁਲ ਨਵੀਆਂ। ਮੈਂ 108 ਦੇ ਬਾਰੇ ਬਿਲਕੁਲ ਜਾਣਕਾਰੀ ਨਹੀਂ, ਮੈਂ ਆਪਣੀ ਐਂਬੂਲੈਂਸਿਸ ਬਾਰੇ ਗੱਲ ਕਰ ਸਕਦਾ।